पूर्व केंद्रीय मंत्री विजय सांपला की ओर से प्रेस वार्ता का आयोजन करके यहां सभी मतदाताओं का धन्यवाद किया। वहीं पर उन्होंने कहा कि नरेंद्र मोदी इस बार तीसरी बार प्रधानमंत्री बनने जा रहे हैं, यह बहुत ही खुशी की बात है। मोदी जी पहले भी सभी वर्गों के लोगों की सहूलतों का पूरा पूरा ध्यान रखते थे। उनके नेतृत्व में देश ने पहले भी बहुत तरक्की की और आगे भी इसी तरह तरक्की करेगा। ਬਸ ਮੈਂ ਦੇਸ਼ ਵਾਸੀਆਂ ਦਾ ਸਾਰਿਆਂ ਦਾ ਧੰਨਵਾਦ ਕਰ ਰਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਵੀ ਮਾਨਯੋਗ ਨਰਿੰਦਰ ਮੋਦੀ ਜੀ ਦੇਸ਼ ਦੇ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ। ਇਹ ਵੀ ਆਪਣੇ ਆਪ 'ਚ ਇੱਕ ਬਹੁਤ ਵੱਡੀ ਉਪਲਬਧੀ ਹੈ। ਸੋ ਉਹਦੇ ਲਈ ਜਿੱਥੇ ਸਾਰਿਆਂ ਦਾ ਧੰਨਵਾਦ ਵੀ ਕਰਦੇ ਹਾਂ, ਉੱਥੇ ਅਰਦਾਸ ਬੇਨਤੀ ਵੀ ਕਰਦੇ ਹਾਂ ਕਿ ਪਰਮਾਤਮਾ ਹੁਣ ਹੋਰ ਤਾਕਤ ਦੇਵੇ ਤਾਂ ਕਿ ਜਿਹੜੇ ਬਾਕੀ ਅਧੂਰੇ ਕੰਮ ਆ ਉਹਨਾਂ ਨੂੰ ਨੇਪਰੇ ਚਾੜ ਸਕੀਏ ਔਰ ਦੇਸ਼ ਨੂੰ ਮਜ਼ਬੂਤੀ ਜਿੱਥੇ ਲਗਾਏ ਉੱਥੇ ਹੋਰ ਮਜ਼ਬੂਤੀ 'ਚ ਲੈ ਕੇ ਜਾਣ। ਔਰ ਜਿਸ ਤਰੀਕੇ ਨਾਲ ਪਹਿਲਾਂ ਉਹ ਗਰੀਬਾਂ ਦੇ ਲਈ ਕੰਮ ਕਰ ਰਹੇ ਨੇ, ਜ਼ਰੂਰਤਮੰਦ ਵਿਅਕਤੀਆਂ ਦੇ ਲਈ, ਚਾਹੇ ਉਹ ਮਕਾਨ ਦੀ ਗੱਲ ਕਰੀਏ, ਚਾਹੇ ਬਿਜਲੀ ਦੇ ਕਨੈਕਸ਼ਨ, ਗੈਸ ਕਨੈਕਸ਼ਨ, ਲਾਈਟਾਂ ਦੇ ਜਿਹੜੇ ਉਹਨਾਂ ਦੀ ਉਜਲਾ ਦੀ ਉਜਵਲਾ ਦੀ ਸੀ, ਉਜਾਲਾ ਦੀ ਸੀ, ਜਾਂ ਹੋਰ ਜਿੰਨੀਆਂ ਵੀ ਸਕੀਮਾਂ ਸੀ, ਚਾਹੇ ਉਹ ਆਯੁਸ਼ਮਾਨ ਭਾਰਤ ਦੀ ਸੀ, ਉਹਨਾਂ ਨੂੰ ਹੋਰ ਅੱਗੇ ਇਸੇ ਕੰਮ ਨੂੰ ਅੱਗੇ ਵਧਾਉਂਦੇ ਹੋਏ ਦੇਸ਼ ਦੀ ਸੇਵਾ ਕਰਨ। ਔਰ ਦੇਸ਼ ਜਿੱਥੇ ਪੂਰੀ ਦੁਨੀਆ ਦੇ ਵਿੱਚ ਆਪਣੀ ਇੱਕ ਪਹਿਚਾਣ, ਵਿਲੱਖਣ ਪਹਿਚਾਣ ਬਣਾਈ ਆ, ਉਸ ਨੂੰ ਹੋਰ ਜਿਹੜੀ ਤਾਕਤ ਮਿਲੇ ਉਹਦੇ ਲਈ ਮੈਂ ਅਰਦਾਸ ਬੇਨਤੀ ਕਰਦੇ। ਸਾਪਲਾ ਜੀ, ਭਾਜਪਾ ਦਾ ਨਾਰਾ ਥਾ ਕਿ ਇਸ ਵਾਰ 400 ਵਾਰ, ਲੇਕਿਨ ਭਾਜਪਾ 250 ਵਾਰ ਪਾਰ ਵੀ ਨਹੀਂ ਹੋਈ, ਕਿਆ ਮੰਨਦੇ ਹੋ ਕਹਾਂ ਸੇ ਕਮੀ ਰਹਿ ਗਈ ਕਿ 250 ਵਾਰ ਵੀ ਨਹੀਂ ਹੋਈ ਭਾਜਪਾ? ਦੇਖੀਏ, ਇਹ ਤਾਂ ਕੁਛ ਨਾ ਕੁਛ ਕਮੀਆਂ ਰਹਿ ਗਈਆਂ ਹੋਣਗੀਆਂ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜੋ ਲੋਕਾਂ ਦਾ ਫਤਵਾ ਆ, ਜੋ ਜਨਤਾ ਦਾ ਆਦੇਸ਼ ਹੁੰਦਾ ਆ, ਉਹਨਾਂ ਦਾ ਉਹਨੂੰ ਸਵੀਕਾਰ ਕਰਨਾ ਚਾਹੀਦਾ, ਔਰ ਜੋ ਜਿਹੜਾ ਉਹਨਾਂ ਫਤਵੇ ਨੂੰ ਅਸੀਂ ਸਵੀਕਾਰ ਕਰਦੇ ਹਾਂ, ਔਰ ਜਿੱਥੇ ਜਿੱਥੇ ਕਮੀਆਂ ਰਹੀਆਂ ਉਹ ਸਾਰੀਆਂ ਕਮੀਆਂ ਦੇ ਉੱਤੇ ਦੁਬਾਰਾ ਚਿੰਤਨ ਕਰਨ ਦੀ ਲੋੜ ਰਹਿੰਦੀ ਆ। ਔਰ ਹਾਈਕਮਾਂਡ ਇਸ ਉੱਤੇ ਸਾਡਾ ਜਿਹੜਾ ਵਿਸ਼ੇਸ਼ ਧਿਆਨ ਵੀ ਹਮੇਸ਼ਾ ਤੋਂ ਦਿੰਦਾ ਰਿਹਾ ਔਰ ਉਹ 'ਤੇ ਦੇਵੇਗਾ ਵੀ। ਪੰਜਾਬ ਵਿੱਚ ਸਰ ਭਾਜਪਾ ਪਹਿਲੀ ਵਾਰ ਸੀ ਕਿ ਕੋਈ ਖਾਤਾ ਨਹੀਂ ਖੋਲ ਪਾਈ ਲੋਕ ਸਭਾ ਚੁਣਾਵ 25 ਸਾਲ ਕੇ ਇਤਿਹਾਸ ਮੇਂ, ਕਿਆ ਮੰਨਦੇ ਸਰ ਕਿ ਕਹਾਂ ਕਮੀ ਰਹਿ ਗਈ ਕਿ ਪੰਜਾਬ ਮੇਂ ਖਾਸ ਕਰਕੇ ਇੱਕ ਵੀ ਸੀਟ ਨਹੀਂ ਆਈ, ਚੌਥੇ ਤੀਜੇ ਨੰਬਰ 'ਤੇ ਪਾਰਟੀ ਬਣਨਾ ਪਿਆ? ਦੇਖੋ, ਮੈਂ ਪਹਿਲਾਂ ਕਿਹਾ ਨਾ ਕਿ ਜਿਸ ਤਰੀਕੇ ਨਾਲ ਵੀ ਜਿਹੜੀ ਕੇਂਦਰ ਸਾਡਾ ਹਾਈਕਮਾਂਡ ਆ ਉਹ ਇਹਦੇ 'ਤੇ ਚਿੰਤਨ ਜਿਹੜੀ ਬੈਠਕ ਜ਼ਰੂਰ ਕਰੇਗਾ, ਉਹਦੇ 'ਤੇ ਜ਼ਰੂਰ ਇਹਦੇ 'ਤੇ ਵਿਚਾਰ ਕਰੇਗਾ, ਔਰ ਜਿਹੜੀਆਂ ਕਮੀਆਂ ਰਹਿ ਗਈਆਂ ਉਹਦੇ 'ਤੇ ਉਹਦਾ ਸੁਧਾਰ ਵੀ ਕਰਨਗੇ। ਇਹ ਦੁੱਖ ਜ਼ਰੂਰ ਹੈ ਕਿ ਪੰਜਾਬ ਦੇ ਵਿੱਚ ਇੱਕ ਵੀ ਸੀਟ ਨਾ ਆਉਣਾ, ਇਹ ਸਾਡੇ ਲਈ ਦੁੱਖ ਦੀ ਗੱਲ ਹੈ, ਇਹਦੇ ਜਾਣੀ ਕੋਈ ਉਹ ਨਹੀਂ, ਪਰ ਕਿਹੜੀਆਂ ਕਮੀਆਂ ਰਹਿ ਗਈਆਂ ਉਹਦੇ 'ਤੇ ਮੁੜ ਕੇ ਵਿਚਾਰ ਕਰਾਂਗੇ, ਔਰ ਜਿਹੜੀਆਂ ਕਮੀਆਂ ਰਹਿ ਗਈਆਂ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਹਿਬ ਜੀ, ਹੁਸ਼ਿਆਰਪੁਰ ਦੀ ਗੱਲ ਕਰੀਏ, 2014 ਤੋਂ ਲੈ ਕੇ 2024 ਤੱਕ, ਯਾਰ ਇੱਕ ਮਿੰਟ, 2014 ਤੋਂ ਲੈ ਕੇ 2024 ਤੱਕ ਜਿਹੜਾ ਹੁਸ਼ਿਆਰਪੁਰ ਭਾਜਪਾ ਦਾ ਕੱਢ ਰਿਹਾ, ਤੁਸੀਂ ਵੀ ਵਧੀਆ ਜਿੱਤ ਹਾਸਿਲ ਕੀਤੀ ਸੀ, ਸੋਮ ਪ੍ਰਕਾਸ਼ ਨੇ ਵੀ ਵਧੀਆ ਜਿੱਤ ਹਾਸਿਲ ਕੀਤੀ ਸੀ, ਇਸ ਵਾਰ ਜਿਹੜੀ 2 ਲੱਖ ਵੋਟ ਵੀ ਪੂਰੇ ਹਿੱਸੇ ਨੇ, 1,99,000 ਸਮਥਿੰਗ ਰਹਿ ਗਈ, ਕਿਸੇ ਵੇਲੇ ਨਹੀਂ ਤਾਂ 4-4 ਲੱਖ ਵੋਟ ਜਿਹੜੀ ਪੈਂਦੀ ਰਹੀ ਹੈ ਭਾਜਪਾ। ਆਪਾਂ ਕਹਿ ਸਕਦੇ ਕਿ ਹੁਣ ਵੀ ਜਿਹੜਾ ਫੈਸਲਾ ਜਿਹੜਾ ਗਲਤ ਰਿਹਾ ਜਿਹੜਾ ਪਾਰਟੀ ਦਾ, ਮਿਹਨਤ ਤੁਸੀਂ ਕੀਤੀ ਹੈ? ਦੇਖੋ, ਇਹ ਤਾਂ ਨਹੀਂ ਮੈਂ ਕਹਿ ਸਕਦਾ ਫੈਸਲਾ ਗਲਤ ਰਿਹਾ, ਕਿਸੇ ਨੇ ਜਿਹੜਾ ਹਾਈਕਮਾਂਡ ਨੇ ਬੜਾ ਸੋਚ ਸਮਝ ਕੇ ਕੀਤਾ ਹੋਏਗਾ ਫੈਸਲਾ, ਜੋ ਵੀ ਕੀਤਾ ਹੋਏਗਾ, ਪਰ ਹਾਂ ਉਹ ਲੋਕਾਂ ਨੇ ਉਸ ਤਰੀਕੇ ਨਾਲ ਉਹਨੂੰ ਸਵੀਕਾਰ ਨਹੀਂ ਕੀਤਾ, ਔਰ ਉਹ ਮੈਂ ਪਹਿਲਾਂ ਵੀ ਕਿਹਾ ਕਿ ਜਿਹੜੀਆਂ ਕਮੀਆਂ ਜਿਹੜੀਆਂ ਕਮੀਆਂ ਜਿਹੜੀਆਂ ਰਹਿ ਗਈਆਂ ਉਹਨਾਂ 'ਤੇ ਜ਼ਰੂਰ ਅਸੀਂ ਜਿਹੜਾ ਵਿਚਾਰ ਕਰਾਂਗੇ, ਕਿਉਂਕਿ ਇਸ ਤੋਂ ਦੇਖੋ ਇਕੱਠਿਆਂ ਲੜਨ ਦਾ ਫਾਇਦੇ ਤਾਂ ਹੁੰਦੇ ਹੀ, ਉਹਦੇ 'ਚ ਕੋਈ ਸ਼ੱਕ ਨਹੀਂ ਹੈ,
ਜੇ ਅਸੀਂ ਇਹ ਮਿਲ ਕੇ ਚੱਲ ਲੜਦੇ ਤਾਂ ਸ਼ਾਇਦ ਇਹਦੇ ਨਤੀਜੇ ਵੀ ਕੁਛ ਹੋਰ ਹੁੰਦੇ। ਪਰ ਜਿੱਥੇ ਤੱਕ ਜੇ ਅਸੀਂ ਇਹ ਕਹੀਏ ਕਿ ਵੀ ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਇਹਨਾਂ ਚੁਣਾਵਾਂ 'ਚ ਕੋਈ ਘੱਟ ਨਹੀਂ ਰਹੀ, ਵੱਧ ਰਹੀ ਹੈ। ਔਰ ਤੁਸੀਂ ਦੇਖੋ ਕਿ ਜਿਹਨਾਂ ਸੀਟਾਂ ਦੇ ਉੱਤੇ ਅਸੀਂ ਕਦੀ ਲੜੇ ਹੀ ਨਹੀਂ, ਜਿੱਦਾਂ ਫਿਰੋਜ਼ਪੁਰ, ਲੁਧਿਆਣਾ, ਅਨੰਦਪੁਰ ਸਾਹਿਬ, ਇਹਨਾਂ ਦੇ ਉੱਤੇ ਅਸੀਂ ਅਕਾਲੀ ਦਲ ਤੋਂ ਵੱਧ ਜਿਹੜੀ ਉਸ ਤੋਂ ਵੱਡੀ ਪੁਜੀਸ਼ਨ 'ਚ ਹੈ, ਜਿੱਥੇ ਕਿ ਹਮੇਸ਼ਾ ਅਕਾਲੀ ਦਲ ਲੜਦਾ ਰਿਹਾ। ਫਿਰੋਜ਼ਪੁਰ ਉਧਰਲੇ ਕੁਛ ਏਰੀਏ ਤਾਂ ਐਸੇ ਆ ਕਿ ਜਿੱਥੇ ਅਸੀਂ MLA ਵੀ ਨਹੀਂ ਕੋਈ ਲੜਦੇ ਅਤੇ ਕੋਈ ਵੀ ਪੂਰੇ ਤੋਂ ਪੂਰੇ ਬਿਲਡਾਂ ਖਾਲੀ ਪਈਆਂ, ਉਹਨਾਂ ਉਸ ਏਰੀਏ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਅਕਾਲੀ ਦਲ ਤੋਂ ਵਧੀਆ ਵੱਧ ਰਹੀ ਹੈ। ਸੋ ਇਹ ਮੇਰਾ ਖਿਆਲ ਹੈ ਕਿ ਵੀ ਇਹਨੂੰ ਅਸੀਂ ਪੋਜ਼ਿਟਿਵ ਵੇ ਨਾਲ ਵੀ ਦੇਖਾਂਗੇ ਕਿ ਲੋਕਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਉਤਸ਼ਾਹ ਜ਼ਿਆਦਾ ਹੈ। ਵੋਟ ਸ਼ੇਅਰ ਵਧਿਆ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਵੋਟ ਸ਼ੇਅਰ ਤਾਂ ਬਹੁਤ ਜ਼ਿਆਦਾ ਵਧਿਆ। ਜਿਹੜੀ ਹੁਣ ਮੰਨ ਮੈਂ ਇਗਜ਼ਾਮਪਲ, ਮੈਂ ਲੁਧਿਆਣਾ ਦਾ ਚੋਣ ਇੰਚਾਰਜ ਵੀ ਸੀਗਾ ਅਤੇ ਚੋਣ ਉਹਦੇ 'ਚ ਜੇ ਦੇਖਿਆ ਜਾਵੇ ਅਤੇ ਅਕਾਲੀ ਦਲ ਚੌਥੇ ਨੰਬਰ 'ਤੇ ਆਇਆ ਸੀ, ਦੂਜੇ ਨੰਬਰ, ਔਰ ਅਕਾਲੀ ਚੌਥੇ ਨੰਬਰ 'ਤੇ ਵੀ ਬੜਾ ਫਰਕ ਹੈ। ਅਨੰਦਪੁਰ ਸਾਹਿਬ ਜਿਹੜਾ ਸੀ ਹਮੇਸ਼ਾ ਹੀ ਦਾਅਵਾ ਕਰਦਾ ਰਿਹਾ ਕਿ ਅਕਾਲੀ ਦਲ ਕਿ ਸਾਡੀ ਇਹ ਟ੍ਰੈਡੀਸ਼ਨਲ ਸੀਟ ਰਹੀ ਹੈ, ਪੰਥਕ ਸੀਟ ਹੈ, ਉੱਥੇ ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਤਾਂ ਕਿੱਥੇ ਆ ਅਤੇ ਔਰ ਅਕਾਲੀ ਦਲ ਦੀ ਕਾਰਗੁਜ਼ਾਰੀ ਤਾਂ ਚੌਥੇ ਨੰਬਰ 'ਤੇ ਹੈ। ਸੋ ਉਹਨਾਂ ਚੀਜ਼ਾਂ ਦੇ ਇਹ ਦੇਖ ਕੇ ਇੱਕ ਮੈਸੇਜ ਇਹ ਵੀ ਹੈ ਕਿ ਵੀ ਭਾਰਤੀ ਜਨਤਾ ਪਾਰਟੀ ਦਾ ਅਕਸ਼ ਪਹਿਲੇ ਨਾਲੋਂ ਕਿਤੇ ਜ਼ਿਆਦਾ ਅੱਗੇ ਵਧਿਆ ਆ। ਇੱਕ ਸਰ ਪੰਜਾਬ ਦੇ ਵਿੱਚ ਦੋ ਸੀਟਾਂ 'ਤੇ ਦਰਜ ਜਿੱਤ ਹੋਈ ਹੈ ਜਿਹੜੀ ਅਲਗਾਵਵਾਦੀ ਸੋਚ ਨੂੰ ਮਤਲਬ ਕਹਿ ਸਕਦੇ ਆਪਾਂ, ਤਾਂ ਕਿਆ ਸਰ ਆਉਣ ਵਾਲੇ ਟਾਈਮ ਮੇਂ ਅਕਾਲੀ ਭਾਜਪਾ ਗਠਬੰਧਨ ਜ਼ਰੂਰੀ ਹੋਗਾ ਪੰਜਾਬ ਦੇ ਲਈ? ਦੇਖੋ ਇਹ ਜੋ ਗਠਬੰਧਨ ਹੋਣਾ ਨਹੀਂ ਹੋਣਾ ਇਹ ਸਾਡੇ ਲੈਵਲ ਦਾ ਕੰਮ ਨਹੀਂ ਹੈ, ਇਹ ਤਾਂ ਹਾਈ ਕਮਾਂਡ ਦਾ ਕੰਮ ਹੈ ਔਰ ਇਹ ਕੇਂਦਰ ਦੇ ਜਿਹੜੇ ਲੋਕ ਉਹ ਬੈਠ ਕੇ ਹੀ ਤੈਅ ਕਰਨਗੇ ਕਿ ਹੁਣ ਉਹ ਕੀ ਉਹਦੇ 'ਤੇ ਨਿਰਣਾ ਕੀ ਲੈਣਾ। ਅਲਬੱਤਾ ਲੋਕਾਂ ਨੇ ਹੁਣ ਫੈਸਲਾ ਦਿੱਤਾ, ਉਹ ਲੋਕਾਂ ਦੇ ਦਿੱਤੇ ਹੋਏ ਫੈਸਲੇ ਨੂੰ ਆਪਾਂ ਝੁਠਲਾ ਤਾਂ ਨਹੀਂ ਸਕਦੇ, ਉਹਦੇ ਤੋਂ ਕੋਈ ਮੁੱਖ ਮੋੜ ਵੀ ਨਹੀਂ ਸਕਦੇ ਕਿ ਉਹਨਾਂ ਨੂੰ ਜਿਹੜਾ ਫਤਵਾ ਦਿੱਤਾ ਉਹਦਾ ਜੋ ਵੀ ਹੈ ਸਵੀਕਾਰ ਕਰਨਾ ਪਊਗਾ।